China's People's Liberation Army has defended its action in the Yangtze area of Tawang sector in Arunachal Pradesh. A regular patrol in Dongzhang area on the Chinese side of the LAC was blocked by Indian Army illegally crossing the line. China ਦਾ ਉਹੀ ਕਲੇਮ ਹੈ ਕਿ ਥਾਂ ਸਾਡੀ ਹੈ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਅਸੀਂ ਮਾੜਾ ਜਿਹਾ ਉਹਨਾਂ ਨੂੰ ਜਿਹੜਾ ਪ੍ਰਸ਼ਾਦ ਵਰਤਾ ਦਿੱਤਾ ਰਾਜਨਾਥ ਸਿੰਘ ਇਸ ਦੇ ਉੱਤੇ ਕਹਿੰਦਾ ਹੈ ਕਿ ਜੀ ਇਹ ਜਿਹੜਾ ਚਾਈਨਾ ਹੈ ਦੈਟ ਵਾਂਟਡ ਟੂ ਯੂਨੀਲੈਟਰਲੀ ਚੇਂਜ ਦਾ ਸਟੈਟਸ ਕੋ ਵਿਚ ਵਾਸ ਕੰਟੈਸਟਡ ਬਾਈ ਇੰਡੀਅਨ ਟਰੂਪਸ ਇਨ ਅ ਫਰਮ ਐਂਡ ਰੈਜ਼ੋਲਿਊਟ ਮੈਨਰ ਐਂਡ ਕੰਪੈਲਡ ਦੈਮ ਟੂ ਰਿਟਰਨ Prime Minister Modi-led government will not allow an inch of land to be encroached, Amit Shah. ਕੋਈ ਕਹਿੰਦੇ ਨੇ ਵੀ ਸਾਡਾ ਮਿਸਫਾਰਚੂਨ ਜਾਂ ਸਾਡੀ ਡਿਫੀਟ ਜਾਂ ਸਾਡੀ ਹਾਰ ਤਾਂ ਉਦੋਂ ਹੀ ਹੋ ਗਈ ਸੀ ਜਦੋਂ ਕਿ ਮੋਦੀ ਨੇ ਇਸ ਗੱਲ ਤੋਂ ਡਿਨਾਈ ਕਰ ਦਿੱਤਾ ਸੀ ਇਸ ਗੱਲ ਦੀ ਪੂਰੀ ਕੰਪਲੀਟ ਡਿਨਾਇਲ ਕਿ ਨਾ ਕੋਈ ਹਮਾਰੀ ਟੈਰੀਟਰੀ ਮੇਂ ਘੁਸਾ ਨਾ ਕੋਈ ਹਮਾਰਾ ਕੁਛ ਕਿਸੀ ਨੇ ਲਿਆ ਤਿੰਨ ਦਿਨ ਬਾਅਦ ਉਹਨਾਂ ਨੇ ਖਬਰ ਬ੍ਰੇਕ ਕੀਤੀ ਨੂੰ ਵੀ 24 ਘੰਟੇ ਹੋ ਚੁੱਕੇ ਨੇ ਆਲਮੋਸਟ ਜ਼ਿਆਦਾ ਹੀ ਹੋ ਗਏ ਥੋੜ੍ਹੇ ਲੇਕਿਨ ਇਹਦੇ ਬਾਵਜੂਦ ਨਾ ਤਾਂ ਕੋਈ ਕੁਆਡ ਦੇ ਮੈਂਬਰ ਮੁਲਕ ਨੇ ਜਿਨ੍ਹਾਂ ਦੇ ਵਿੱਚ ਅਮੈਰੀਕਾ ਹੈ ਆਸਟ੍ਰੇਲੀਆ ਹੈ ਜਪਾਨ ਹੈ ਕੋਈ ਕੰਡੈਮਨੇਸ਼ਨ ਦੀ ਲਾਈਨ ਜਾਂ ਕੋਈ ਇੰਡੀਆ ਦੇ ਨਾਲ ਜਿਹੜਾ ਕੋਈ ਹਮਦਰਦੀ ਦਾ ਇਜ਼ਹਾਰ ਕੀਤਾ ਨਾ ਹੀ ਕਿਸੇ ਗੁਆਂਢੀ ਮੁਲਕ ਨੇ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਅਦਾਬ ਅਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇੱਕ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ ਜੀ ਡਾਕਟਰ ਸਾਹਿਬ ਜੀ ਆਨੂ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 13 ਦਸੰਬਰ 2022 ਤੀ ਮਗਰ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪੰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲ 5 ਕੇਬਲ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਪਿਓਰ ਸਰ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਅਤੇ ਸ਼ੇਅਰ ਕਰੋ ਅਤੇ ਨਾਲ ਹੀ ਯੂਟਿਊਬ 'ਤੇ ਸਬਸਕ੍ਰਾਈਬ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ 'ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਹਦੀ ਸਪੌਂਸਰਸ਼ਿਪ ਦੇ ਬਾਰੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪੌਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਸਿਮਰਨਦੀਪ ਸਿੰਘ ਜੋਰਾਂ ਵੱਲੋਂ ਸੋ ਇਹਨਾਂ ਬੇਨਤੀ ਕੀਤੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਫੜੀਏ ਇਹਨਾਂ ਬਾਬਿਆਂ ਪਿੱਛੇ ਨਾ ਭੱਜੀਏ ਜੋ ਹਾਲਾਤ ਅੱਜ ਬਣ ਗਏ ਹਨ ਜੇ ਅਸੀਂ ਆਪਣੀਆਂ ਜੜ੍ਹਾਂ ਵੱਲ ਨਾ ਮੁੜੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਦੇ ਦੇਣਦਾਰ ਹੋਵਾਂਗੇ ਗੱਲ ਸਾਡੀ ਹੋਣ 'ਤੇ ਆਈ ਹੋਈ ਹੈ ਸੋ ਅੱਜ ਦੀ ਸਪੌਂਸਰਸ਼ਿਪ ਲਈ ਅਸੀਂ ਸਿਮਰਨਦੀਪ ਸਿੰਘ ਜੀਰਾਂ ਦਾ ਤੈਅ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਅਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪੌਂਸਰ ਕਰੋ ਸਪੌਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ 'ਤੇ 5166619984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ tv84.tv ਤੇ ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਦੇ ਭਾਰਤ ਦੇ ਵਾਲੇ ਨਾਲ ਕਿ 56 ਇੰਚ ਦੇ ਸੀਨੇ ਵਾਲੇ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਚੀਨ ਦੇ ਸਾਹਮਣੇ ਐਵੇਂ ਭੱਜ ਰਹੀ ਹੈ ਜਿਵੇਂ ਗੁਲੇਲ ਸਾਹਮਣੇ ਕਾਂ ਸੋ ਅਰੁਣਾਚਲ ਪ੍ਰਦੇਸ਼ ਵਿੱਚ ਖਾਦੀ ਕੁੱਟ ਦੀ ਘਟਨਾ ਨੂੰ 3 ਦਿਨ ਲੁਕਾਈ ਰੱਖਿਆ ਅਤੇ ਹੁਣ ਹੋਮ ਮਿਨਿਸਟਰ ਅਮਿਤ ਸ਼ਾਹ ਦਾਅਵਾ ਕਰ ਰਿਹਾ ਹੈ ਕਿ ਅਸੀਂ ਭਾਰਤ ਦੀ 1 ਇੰਚ ਜ਼ਮੀਨ ਚੀਨ ਨੂੰ ਨਹੀਂ ਲੈਣ ਦੇਵਾਂਗੇ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਟੋਰਾਂਟੋ ਤੋਂ ਸਾਡੇ ਨੌਜਵਾਨ ਵੀਰ ਸਿਮਰਨਦੀਪ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਨਾਲ ਦੀ ਨਾਲ ਅਸੀਂ ਕੱਲ੍ਹ ਦੇ ਪ੍ਰੋਗਰਾਮ ਨੂੰ ਜਿੰਨਾ ਚੰਗਾ ਹੁੰਗਾਰਾ ਸਾਡੇ ਵਿਊਰਸ ਵੱਲੋਂ ਮਿਲਿਆ ਕਿਉਂਕਿ ਅਜੇ ਇਹ ਖਬਰ ਇਨ ਦਾ ਮੇਕਿੰਗ ਸੀ ਇੰਡੀਆ 'ਚ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਸੀ ਔਰ 3 ਦਿਨ ਉਹਨਾਂ ਨੇ ਇਸ ਖਬਰ ਨੂੰ ਦਬਾ ਕੇ ਰੱਖਿਆ ਕਿ ਤਵਾਂਗ
सैक्टर दे विच जिस नूं चीन वाले यंगसे कहंदे ने कि उत्थे किवें एग्रेसिव चाइनीज पीपल्स लिबरेशन आर्मी वालिया ने इंडियन पोस्ट के उत्ते आके धावा बोलिया और तीन यूनिट्स इंडियन आर्मी दियां जिहड़ियां उत्थे सी जिन्हां दे विच सिख लाइट इनफेंट्री का भी नाँ आ गया है और जाट रेजिमेंट और एक शायद गढ़वाल ज कोई उन्होंने नाल झड़प हुई और भी तो ज़्यादा भारतीय फौजी जिन्हें बहुत सारे दिन हड्डियाँ टुटिया ने जोड़े गुवाहाटी हॉस्पिटल ने वो जख्मी हुए और चीन वाले अपना एक्शन करके वापस अपनी पोस्ट के उत्ते चले गए। चीनी सोल्जर किन्ने सी उन्हां दी गिणती जिहड़ी है 300 तो लैके 500 तक दसी जा रही है और जे भारतीय फौज दियां तीन रेजिमेंटां दियां अड अड यूनिट सी सो इस वार इस किस्म का कोई ये नहीं है जो गलवान वेले सी कि जी साढ़े फौजी घट सी ते उन्होंने चाइनीज़ ने आउट नंबर किया। सो ये घटना जिसकी अहमियत नूं असीं इमीडिएटली चंगी तरह समझ लिया सी कि भाई ये इहदे नाल की जुड़िया होया क्योंकि पहला जदों असीं 2017 दे विच डोकलाम दे हवाले नाल देखिया वो इको एक थां है जिथे भूटान का बॉर्डर लगता है उत्थे इंडिया नाल बॉर्डर तो लगता नहीं सी पर इंडिया नूं टेस्ट करन दे लई जां इह कहो वी चीन दा इह ट्रायल बैलून सी डोकलाम च उत्थे भारत ने जिहड़ा है वो लोड़ तो ज़्यादा हौसला दिखाण की कोशिश की और कुट भी खाधी फौज भी वापस जिहड़ी है वो उन्होंने उत्थों कढ़नी पई क्योंकि भूटान की तो फॉरन पॉलिसी इंडिया दे कोल है जो उन्होंने डील हुई शुरू दे विच और चाइना हमेशा ही जिहड़ियां अपनियां पंज उंगलां कहिंदा है फाइव फिंगरस उस दे विच भूटान उन्हां दी टैरिटरी है और इसलिए उस फिर उन्होंने जित तक चीने आए सी उन्होंने अपने परमानेंट जिहड़े टिकाणे भी बनाए और फौजी कंटोनमेंट्स भी बनाईआं जिहड़ियां कि इंडिया हमेशा डिनाइल च रहा पर जदों उहदे स्पेस चों इमेज वापस आए इमेज लै गए तो यह गल सामने आई कि वह तो फुली एंट्रेंच्ड है हालांकि भारत वालों दावा किया गया सी जी कि असी अपना मकसद हासिल कर लिया। सो 2017 दे डोकलाम की जिहड़ी इन्हां दी डिफीट सी और भूटान ने भी पिछले पास्यों दी चीन दे नाल राबता कायम कर लिया सी कि भाई असी नहीं तुहाडे नाल टकरा चाहुंदे उन्हां नूं भी पता है कि भाई दरिया च रहिंदे आ तुसीं मगरमच्छ नाल वैर तां नहीं रख सकदे। फिर असी जून 2020 च गलवान की घटना जिहदा असी जिक्र करांगे वेरवे च पहला भी किया वो एक डिफरेंट गलवान वैली जिहड़ी है वो जियोग्राफिकली अलटूगैदर डिफरेंट उन्होंने ईस्टर्न सैक्टर के उत्ते सी फिर असी डैपसोंग और पेंगसो लेक और दूसरिया थावां दे जिहड़े लद्दाख सैक्टर च है। सो ये जदों हुण असी तवान की गल कर रहे हैं ये कोई लद्दाख जां उस पासे वाल नहीं है ये मच मोर हाइट दे उत्ते है और जदों जून दा गलवान वाला हुंदा है गर्मी दा महीना सी गर्मी दे विच तां सौखा हुंदा है हुण जिहड़ा चाइना दा जदों के दसंबर महीना शुरू हो गया और ये तुआंग बहुत हाइट दे उत्ते है अरुणाचल और विंटर दे विच तां इन्हां दे फौजियां दे कोल जां दूजियां कोल कोई इक्विपमेंट भी नहीं है और इस गल दा ध्यान रहे कि 62 दी वॉर भी जिहड़ी अक्तूबर महीने क्योंकि इत्थे स्नो बहुत पहला शुरू हो जाती है ऑलरेडी स्नो लेडन हिल्स हैगियां ने। सो उस लिहाज के नाल चीन के दोवें तीनों ही मूव जिहड़े सी ये बड़े स्मार्ट मूव ने उन्होंने अगेन उही गोली कोई नहीं चली गोली तो गलवान च भी नहीं सी चलाई पर यह हुण इन्होंने भी मन्निया पार्लियामेंट के विच जिहड़ा कल तक कोई नहीं सी जदों कि असीं मैनशन किया कि रॉड्स और कंडियालियां तारा और दूजियां हड्डियां एवं तो नहीं टुटदियां चपेड़ा मारिया तो नहीं टुटदियां हैं और ये जिहड़ा है इस नूं असीं समझदे हैं कि भी एक आने वाले पीरियड च एक किस पासे वल गल जाएगी उन्होंने एक नवा फ्रंट ऑल टूगैदर जिथे कि पहला कोई इस लैवल का टकरा नहीं होया क्योंकि गलवान दे विच जदों होया उदों आलमोस्ट 20 साल बाद इस किस्म दा खूनी टकराव सी जिहदे विच 20 फौजी भारत दे मारे गए सी किन्नियां दियां हड्डियां टुटियां सी लेकिन ये अरुणाचल दे विच आलमोस्ट बहुत लंबे वक्त बाद और यही है जिहनूं चीन ने जदों चाइना जिहड़ी है वह LAC दी गल करदा है जां मैकमोन लाइन नूं नहीं मन्नदा
वो तो ईस्टर्न सैक्टर लद्दाख और अक्साई च इन्होंने ऑलरेडी ले लिया होया है, जां उस खिते की गल करदे। जिहड़ा अरुणाचल है उहदे बारे तो चीन ने कदे ये कोई रहण ही नहीं दिता है भरम के उन्हों साउथ तिब्बत कहिंदा है भी ये साडा हिस्सा है। सो कल ही जदों असीं ये देखिया कि भी ये तीन दिन बाद, और ये भी जिहड़ी गल सामने आई कि भी ये खबर भी पार्लियामेंट तक किवें पहुँच गई जां बाहर किवें निकल आई कि कोई जिहड़ा जख्मी हालत दे विच हड्डियां टुट्टियां वाला कोई फौजी जिहड़ा गुवाहाटी दे विच किसे हॉस्पिटल च सी, उन्हें अपने किसी सोर्स राही किसी अपने जिहड़ा रिश्तेदार तक ये खबर पहुँचाई कि भी ये होया। जदों खबर आई तो द हिंदू ने उसनू पिक कर लिया और इन्हां दी मजबूरी बन के दसना। अदरवाइज हुण देखो एक पासे जदों और ये गल हुण पार्लियामेंट दे विच खलो के ऑपोजिशन दे मैंबर कहिंदे ने ब्रह्मचलानी वर्गे जिहड़े चाइना थिंक टैंक बना के बैठे ने और बीजेपी दी चाइना पॉलिसी दे वड्डे क्रिटिक ने, वो ये कहिंदे ने भी साडा मिसफॉर्चून जां साडी डिफीट जां साडी हार तां उदों ही हो गई सी जदों के मोदी ने इस गल तो डिनाई कर दिता सी, इस गल दी पूरी कंप्लीट डिनायल कि ना कोई हमारी टेरिटरी में घुसा ना कोई हमारा कुछ किसी ने लिया। हुण इहदा मतलब यह है कि भी जे तुसी ये पोस्टरिंग लै ली ना तुसी इंटरनेशनल कोई सपोर्ट मंग सकते हो। हुण ये भी देखने वाली गल है भी तीन दिन बाद उन्होंने खबर ब्रेक की, खबर ब्रेक की भी 24 घंटे हो चुके ने, आलमोस्ट ज्यादा ही हो गए थोड़े, लेकिन ये बावजूद ना तो कोई क्वाड के मैंबर मुल्क ने जिन्हों के अमेरिका है आस्ट्रेलिया है जापान है कोई कंडेमनेशन की लाइन ज कोई इंडिया के नाल जड़ा कोई हमदर्दी का इजहार किया, ना ही किसी गुआढ़ी मुल्क ने किया जिन्होंने ये समझते हैं इंडियन के जी असी विश्व गुरु बन गए। सो ये सारा असी जिन्हें साडे व्यूअर्स ने जड़ा वो तारीफ की है कि भी असी ना सिर्फ न्यूज़ एक ढंग नाल ब्रेक की पर इस दे सारे परस्पेक्टिव नूं बयानिया असी उन्हां सब दा सांझे तौर ते शुक्रिया अदा करदे हां। और वीर सिमरनदीप सिंह उन्होंने बिल्कुल ठीक फरमाया कि अल्टीमेटली जदों असी बहुत वार चाइल्ड दे जदों बच्चा मेले दे विच जांदा है क्योंकि उही वड्डी भीड़ हुंदी सी ते उस च घरों निकलन लगे एक हदायत हुंदी सी माँ प्यो दी जां दूजी कि हाथ नहीं छड्डना नहीं, ते बहुत छोटे बच्चे तो माँ दे नाल लिपटे हुंदे सी, उन्हें चुन्नी जां आंचल जां घग्गरा फड़िया हुंदा सी कि भी गवाच नहीं तो गवाच जाएगा। सो ये बहुत वार जदों असी ये देखते हैं कि भी वो एक बच्चा सिक्योर महसूस करता है अपने माँ बाप का हथ फड़ के जां उन्हां दा पल्ला फड़ के, ते असी जदों बाणी च पढ़ते हैं कि अंचल गह के साध का कि भी असी रब दे रस्ते ते तुरे इंसानां दा जदों आंचल फड़ लैंदे हां उन्हां दा पल्ला फड़ लैंदे ते फिर असी सुरक्षित हुंदे हां। असी ये भी पढ़ते हैं कि फिरत फिरत प्रभ आया परया तो शरण आए नानक की प्रभ बेनती अपनी भगती लाए, कि मैं सारा पासा देख लिया मैं तेरी शरण च आ गया, ते ये भी है कि शरण तुम्हारी आयो नानक के प्रभ साथ दीन दर्द दुख पंजना कट कट नाथ अनाथ शरण तुम्हारी आयो नानक के प्रभ साथ, कि मैं गुरु नानक दा पल्ला फड़िया ते हे वाहिगुरु तेरी शरण च आ गया, तू दीना दा दर्द निवारण वाला है तू दुखा नू भंजन वाला है दुख दूर करन वाला है ते हर घट दी जानन वाला है। सो जदों असी दसवें पातशाह दे फरमान, क्योंकि ये समझना जरूरी है कि भी बेशक 1708 दे विच दसवें पातशाह ने गुरु ग्रंथ साहिब नू गुरगद्दी बख्शी ते फरमाया सब सिखन को हुक्म है गुरु मान्यो ग्रंथ, पर बाणी दा शब्द दा जां जिस दे लई किसे वेले शब्द दा अवतार गुरु ग्रंथ साहिब कहा जांदा सी, ये तां गुरु नानक साहब ने ही इस दी अहमियत और इस नूं सब तो उच्चा दर्जा, और जदों आद भीड़ होण दे विच आंदी है गुरु अर्जन साहब 1604 दे विच हरिमंदर साहब दे विच प्रकाशमान करदे ने, उस तो बाद गुरु अर्जन साहब आप कदे मंजे ते नहीं सुते, और अज भी मैं अगे भी ये दस्या सी कि जदों गुरु ग्रंथ साहब दी सवारी हरिमंदर साहब तो अकाल तख्त साहब लियांदी जांदी है
ਅਤੇ ਅਜੇ ਵੀ ਜਦੋਂ ਸੁਖਾਸਨ ਦੇ ਲਈ ਜਾਂ ਜਿਹਨੂੰ ਪੁਰਾਤਨ ਜ਼ਬਾਨ 'ਚ ਸੰਤੋਖਣਾ ਵੀ ਕਹਿੰਦੇ ਸੀ, ਉਸ ਨੂੰ ਪਲੰਘ ਦੇ ਉੱਤੇ ਬਿਰਾਜਮਾਨ ਕੀਤਾ ਜਾਂਦਾ ਅਤੇ ਥੱਲੇ ਜ਼ਮੀਨ 'ਤੇ ਇੱਕ ਚਾਦਰ ਵਿਛਾਈ ਜਾਂਦੀ, ਅੱਜ ਵੀ ਵਿਛਾਈ ਜਾਂਦੀ, ਕਿਉਂਕਿ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਰਿਮਾਈਂਡਰ ਵੀ ਹੁੰਦੀਆਂ ਨੇ, ਕਿਉਂਕਿ ਪਲੰਘ 'ਤੇ ਬਿਰਾਜਮਾਨ ਕਰਕੇ ਆਦਿ ਬੀੜ ਨੂੰ, ਜਿਹਨੂੰ ਪੋਥੀ ਸਾਹਿਬ ਵੀ ਕਿਹਾ ਜਾਂਦਾ ਸੀ, ਗੁਰੂ ਅਰਜਨ ਸਾਹਿਬ ਆਪ ਜ਼ਮੀਨ 'ਤੇ ਸੌਂਦੇ ਸਨ ਔਰ ਇਹ ਫਰਮਾਨ ਪੋਥੀ ਪਰਮੇਸ਼ਰ ਕਾ ਥਾਨ, ਕਿ ਇਹ ਜਿਹੜਾ ਪੋਥੀ ਸਾਹਿਬ ਹੈ ਇਹ ਪਰਮੇਸ਼ਰ ਦਾ ਰੁਤਬਾ ਰੱਖਦਾ। ਫਿਰ ਅਸੀਂ ਬਾਣੀ ਦੇ ਵਿੱਚ ਕਿੰਨੇ ਬਾਣੀ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਫਿਰ ਅਸੀਂ ਇਹ ਵੀ ਪੜ੍ਹਦੇ ਹਾਂ ਕਿ ਭਾਈ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਸਾਚ ਵਖਾਨ, ਕਿ ਸੱਚ ਵਖਾਨ ਹੈ ਕਿਉਂਕਿ ਇਹ ਤੁਰਕੀ ਬਾਣੀ ਆਈ ਔਰ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ, ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਹਾ ਸਭਨੀ ਜਾਈ, ਤੁਰਕੀ ਬਾਣੀ ਆਈ। ਸੋ ਪਹਿਲਾਂ ਇਹ ਬਿਆਨਿਆ ਕਿ ਭਾਈ ਇਹ ਬੰਨਾ ਇਹ ਸਹਾਰਾ ਦੇ ਦਿੱਤਾ ਰੱਬ ਨੇ, ਜਦੋਂ ਅਸੀਂ ਕਿਸੇ ਕੰਢੇ ਪਹੁੰਚ ਜਾਂਦੇ ਹਾਂ ਕਿਸੇ ਸਹਾਰੇ ਦੇ ਨਾਲ, ਇਹ ਹੈ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ, ਔਰ ਚਾਰ ਚੁਫੇਰੇ ਆਨੰਦ ਹੈ ਕਿਉਂਕਿ ਇਹ ਤੁਰਕੀ ਬਾਣੀ ਆਈ ਹੈ ਔਰ ਇਸ ਨੇ ਜਿਹੜਾ ਹੈ ਉਹ ਸਾਰੀ ਦੁਬਿਧਾ ਦੂਰ ਕਰ ਦਿੱਤੀ ਹੈ, ਔਰ ਦਸਵੇਂ ਪਾਤਸ਼ਾਹ ਨੇ ਉਸੇ ਹੀ ਪੋਥੀ ਸਾਹਿਬ ਆਦਿ ਬੀੜ ਦੇ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਸ਼ਾਮਿਲ ਕਰਕੇ ਜਿਹੜੀ ਫਾਈਨਲ ਬੀੜ ਦਮਦਮਾ ਸਾਹਿਬ ਦੇ ਮੁਕਾਮ 'ਤੇ ਤਿਆਰ ਕੀਤੀ, ਉਸ ਨੂੰ ਗੁਰਗੱਦੀ ਬਖਸ਼ਦੇ ਹਾਂ। ਗੁਰੂ ਗ੍ਰੰਥ ਔਰ ਗੁਰੂ ਪੰਥ, ਇੱਕ ਪਾਸੇ ਗੁਰੂ ਪੰਥ ਦੇ ਵਿੱਚ ਗੁਰੂ ਆਪ ਵੱਸਦਾ, ਕਿਉਂਕਿ ਦਸਵੇਂ ਪਾਤਸ਼ਾਹ ਨੇ ਗੁਰੂ ਪੰਥ ਜਿਹੜਾ ਪੰਜ ਪਿਆਰਿਆਂ ਦੇ ਰੂਪ ਵਿੱਚ, ਜਿਸ ਦਾ 1699 ਈਸਵੀ ਦੀ ਵਿਸਾਖੀ ਨੂੰ ਜਿਹੜਾ ਪੰਥ ਪ੍ਰਗਟ ਹੁੰਦਾ, ਜਿਹੜਾ ਲਗਭਗ 230 ਸਾਲ ਉਹੀ ਥੋਟ ਜਿਹੜਾ ਗੁਰੂ ਨਾਨਕ ਸਾਹਿਬ ਦਾ ਸੀ, ਜਿਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਸੱਤਾ ਔਰ ਬਲਵੰਡ ਦੀ ਵਾਰ 'ਚ ਅਸੀਂ ਪੜ੍ਹਦੇ ਹਾਂ, ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ, ਸਿਰਫ ਸਰੀਰ ਬਦਲੇ ਉਹੀ ਗੁਰੂ ਨਾਨਕ ਸਾਹਿਬ ਤੋਂ ਜੋਤ ਚਲੀ ਆਈ ਔਰ ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਫਿਰ ਵੀਰ ਆਸਨ ਹੋ ਕੇ ਉਹਨਾਂ ਤੋਂ ਆਪ ਗੁਰੂ ਨੇ ਅੰਮ੍ਰਿਤ ਮੰਗਿਆ। ਖਾਲਸੇ ਨੂੰ ਜੋ ਰੁਤਬਾ ਗੁਰੂ ਨੇ ਬਖਸ਼ਿਆ, ਜਦੋਂ ਅਸੀਂ ਸੰਗਤ ਨੂੰ ਵੀ ਐਡਰੈਸ ਕਰਦੇ ਹਾਂ, ਪਹਿਲਾਂ ਅਸੀਂ ਦੀਵਾਨ ਹਾਲ ਦੇ ਅੰਦਰ ਜਾਂਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਤ ਮਸਤਕ ਹੁੰਦੇ ਹੈ, ਮਸਤਕ ਨਤ ਹੁੰਦਾ ਝੁੱਕ ਜਾਣਾ, ਸਾਡਾ ਮੱਥਾ ਝੁੱਕਦਾ ਔਰ ਉਹ ਚਵਰ ਛਤਰ ਤਖਤ ਦੇ ਮਾਲਕ ਨੇ। ਫਿਰ ਅਸੀਂ ਸੰਗਤ ਵੱਲ ਮੁੜਦੇ ਹਾਂ ਔਰ ਫਤਿਹ ਬੁਲਾਉਂਦੇ ਹਾਂ ਸੰਗਤ ਨੂੰ, ਔਰ ਇਹੀ ਕਾਰਨ ਹੈ ਕਿ ਜਦੋਂ ਐਡਰੈਸ ਵੀ ਕੀਤਾ ਜਾਂਦਾ ਕੋਈ ਸਪੀਕਰ ਜਾਂ ਦੂਜੇ 'ਤੇ, ਉਹ ਗੁਰੂ ਖਾਲਸਾ ਜੀ ਕਹਿੰਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਤਾਂ ਬੈਠੇ ਹੈ, ਰੂਹਾਨੀਅਤ ਦੀ ਦੁਨੀਆਂ ਦੇ ਵਿੱਚ ਫਾਈਨਲ ਰੁਤਬਾ ਔਰ ਸਭ ਤੋਂ ਉੱਚਾ ਰੁਤਬਾ, ਐਟਰਨਲ ਰੁਤਬਾ ਗੁਰੂ ਗ੍ਰੰਥ ਸਾਹਿਬ ਦਾ, ਪਰ ਦੁਨਿਆਵੀ ਰੂਪ ਦੇ ਵਿੱਚ ਗੁਰੂ ਪੰਥ ਦੇ ਕੋਲ ਸਾਰੇ ਫੈਸਲੇ ਕਰਨ ਦਾ ਹੱਕ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਦੀ ਰੋਸ਼ਨੀ 'ਚ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਿਹੜਾ ਗੁਰਮਤ ਹੈ ਇਹੀ ਫਾਈਨਲ ਡਿਸੀਜਨ ਹੁੰਦਾ, ਕਿਉਂਕਿ ਦਸਵੇਂ ਪਾਤਸ਼ਾਹ ਨੇ ਇਹ ਰੁਤਬਾ ਬਖਸ਼ਿਆ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਨ ਕੋ ਪ੍ਰਾਨ, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੁੰਦੇ ਰੋ, ਕਿ ਜਿਵੇਂ ਸਮੁੰਦਰ ਦੇ ਪਾਣੀਆਂ ਵਿੱਚ ਬੂੰਦਾਂ ਇੱਕ ਦੂਸਰੇ ਦੇ ਵਿੱਚ ਓਤ ਪਰੋਤ ਨੇ, ਇਵੇਂ ਮੈਂ ਖਾਲਸੇ ਦੇ ਵਿੱਚ ਵਸਿਆ ਹੋਇਆ। ਸੋ ਸਾਡੇ ਲਈ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜਦੇ ਹਾਂ, ਬਾਣੀ 'ਤੇ ਆਧਾਰਿਤ ਸਾਡਾ ਜੀਵਨ ਹੁੰਦਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਪਰ ਨਾਲ ਇਹ ਵੀ ਯਾਦ ਦਹਾਨੀ ਕਰਵਾਈ ਕਿ ਜੋ ਪ੍ਰਭ ਕੋ ਮਿਲ ਬੋ ਚਹਿ ਖੋਜ ਸ਼ਬਦ ਮੈਂ ਲੈ। ਸ਼ਬਦ ਦੇ ਨਾਲ ਅਸੀਂ ਸਿਰਫ ਮੱਥਾ ਟੇਕਣਾ ਜਾਂ ਪਰਿਕਰਮਾ ਕਰਕੇ ਬੈਠ ਜਾਣਾ ਜਾਂ ਅੱਖਾਂ ਬੰਦ ਕਰਕੇ ਸੁਣ ਲੈਣਾ, ਇਹ ਨਹੀਂ ਹੈ। ਸਾਨੂੰ ਜਿਹਨੂੰ ਗੁਰਬਾਣੀ ਨੇ ਯਾਦ ਦਹਾਨੀ ਕਰਵਾਈ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ, ਜੇ ਪਰੇਸ਼ਾਨੀਆਂ ਤੋਂ ਬਚਣਾ
तो फिर रोज़ाना अपने दिल को खोजना होएगा, दिल के अंदर शब्द को प्रकाशमान करना होएगा, क्योंकि साहिब मेरा नीत नवा सदा सदा दातार। और रोज़ाना सानू ये अपने आप दे नाल जुड़ के इसे लई जिहड़ा नितनेम है सवेरे जां शाम जां सौण तो पहला, ये कोई रिचुअल नहीं है, मैज रसम नहीं है। और हुण तां ये भी हुंदा है कि जो तुसी देखोगे कि सुखमणी साहब फास्ट, कि भई तुसी फास्ट कोई ये मैराथन है तुसी बना दित्ती है, कि भई नहीं ये जड़ी घंटे दा 30 मिंट जा रहे। सो ये जड़ा इस किस्म दा जड़ी ड्रामेबाजी है, नौटंकी है, जे ये करांगे फिर उवें है जिवें जे गुरु साहिबान ने, गुरु नानक साहब ने, दस पातशाहियां ने, बाकी मजहबां दे विच जो कर्म कांड सी, गुरु साहब ने जिहड़ी उन्हां धर्मां दे अंदर ट्रूथ सी एटरनल जां इनहेरेंट, उन्हों नहीं नेगेट किया। और इसलिए असी बाणी च पढ़ते हैं, वेद कतेव कहो मत झूठे, झूठा जो ना विचारे। तो जे तुहाडे अंदर विचार ही नहीं है, क्योंकि उन्हां दे विच वेदा में नाम उत्तम सो सुने नाहीं, फिर है ज्यों बेताले। जे उहदे च जिहड़ा इनग्रीनड ट्रूथ सी ओवर ए पीरियड ऑफ टाइम, उधर ब्राह्मण काबज हो गया, उन्हें जिहड़ा उसका मूँह मत्था होर दा होर ही बना दिता है, इधर मुला और काजी जड़े सच तो भटके, जड़े रब दे नाल जुड़े रूहानियत दे रस्ते ते ने, उन्हां नूं तां सल्यूट है, सलाम है। पर बहुत सारे वो जिन्हां ने रोटियां कारण पूरे ताल आप पछाड़े धरती नाल, गावन गोपियां गावन कांड, वो सारा रासलीला रामलीला, वो सारा रोटियां दा दा दे लई अपना उधर पूर्ति वल तुर पे। सो वीर सिमरनदीप सिंह होरां दा बहुत बहुत शुक्रिया, उन्होंने सानू मौका दिता है। साड़ी भी कोशिश हुंदी है कि भाई असी अल्टीमेटली जे असी पोलिटिकल पावर खालिस्तान दे लई भी इस रस्ते नूं चुनिया जां इस रस्ते ते तुर रहे हैं, साढ़े लई जिहड़ा है ये रूहानी सफर ही है, सच हक इंसाफ दा सफर। क्योंकि पोलिटिकल पावर अल्टीमेटली कोई पोलिटिकल पावर दे नशे नूं मानण लई नहीं है, जिवें बहुत सारे जड़े एक्सपेंशनिस्ट जां कंकरर जां दूसरे उंदे लई राज दा कॉन्सैप्ट सी, वो इसे लई है तां कि सरबत दा भला हो सके, तां कि तुहाडे कोल साधन होण जिहदे थले तुसीं इस संसार दे विच कोई होर नवीं चीज़ दे सको, किसे उदास चेहरे दे उत्ते मुस्कराहट लिया सको, जिहड़े बे इलाज मर जांदे ने उहनां दे इलाज लई प्रबंध होण, जिहड़े सारी उम्र सिखदे ने कि साडे कोल एजुकेशन हुंदी काश, उहनां लई तुसीं एजुकेशन प्रोवाइड करो। राज दा मकसद तां सरबत दा भला तुसीं कर ही नहीं सकदे जे तुहाडी किस्मत कोई होर किसे होर दे हाथ च है भी तुसीं की करना है। और पोलिटिकल पावर दा यही मतलब है, इस तो बियॉन्ड। इसलिए जदों असीं ये कहंदे हां कि मीरी पीरी दे जेर है, जेर दा मतलब है सबमिटेड है, क्योंकि अल्टीमेटली तां जिहड़ा जिंदगी दा मकसद यही है, पई प्रापत मानुख दे हुरिया, गोबिंद मिलन किए तेरी बरिया, अवर काज तेरे कितै ना काम, मिल साध संगत भज केवल नाम। सुवीर सिमरनदीप सिंह जी तुहाडा बहुत बहुत शुक्रिया। और हुण जिहड़ा विशा सी उहनूं अद्धा तां मैं फरोल दित्ता पहलां ही, लेकिन देखण वाली गल इह है कि भी जदों असीं ईवन इस कल दे प्रोग्राम तों वी पहलां प्रोग्राम कीता सी, जदों कि अमित शाह और राजनाथ सिंह डिफेंस मिनिस्टर पार्लियामेंट च ना, एस जयकिशन फॉरेन मिनिस्टर पार्लियामेंट, हाँ एस जयशंकर जिहड़ा तुसीं करैक्ट कराते, एस जयशंकर पार्लियामेंट दे विच खलो के कह रहा सी कि जी असीं जिहड़ा वो कोई समझौता नहीं करांगे चीन दा, जदों तक वो दबाव बनाएगा एल ए सी ते उहदे नाल संबंध नॉर्मल नहीं हो सकते। मत्था तो उदों ही ठणकया सी कि भी ये आउट ऑफ द ब्लू कोई बदल नज़र नहीं आ रहे आसमान दे उत्ते, पर बदल तो कितें होर ऑलरेडी वर चुके सी। और ये कहानी लुकाउण दी लाइन सी दसण दे रही, क्योंकि जे फौजी राही गल जिहड़ा जख्मी है बाहर ना आंदी, इस खबर नूं तां पी गए सी। तो हुण इक ये हुंदा है कि भी जिहड़ा कुट खांदा है वह तो खा ही लैंदा है ना, है तो लाइटर वेन च गल है कि भी
एक साडे मित्र कहन लगे जी अज ना भाईया कुटिया गया। मैं क्या जी की होया? कहंदे जी मतलब उन्हें जदों आना माझे दे विच जीजे नूं भाईया कहंदे ने मोस्टली, तो वह कहंदा जी उन्हें कोई ना कोई नुक्स कढ़ी जाना, जिन्नी वारी थाली रखो उन्हें फिर कहना इट्स नॉट क्लीन, फिर कहना साफ इट्स नॉट क्लीन। कहंदा फिर सानू ये लगा और भैन नूं भी साडे नूं तंग करदा सी। कहंदे असीं दोनों भरावां ने कहा भी चलो आओ भाईया जी तुहानूं कुछ अज खास दिखाई है। कहंदे कमरे च असीं बंद कर लिया, कहा भी हुण चंगा कहंदे कटापा चाढ़े खा खू के कटापा। कहंदे कि भी कहंदे जख्म नहीं होण दित्ता ना कि बाहर ना नजर आए। कहंदा यार हुण तुसीं कुट तां लिया पर इह दस्सियो ना किसे नूं। और कहंदा मूंह सीधा हो गया भाईया। हुण हारे सी कि भी दस्सिया चीनवे ने भी नहीं, एक तां है ना भी इन्हां ने खबर लुकोई पर उन्होंने भी क्योंकि इन्होंने कुटकट खा के ये जरूर कहा होना कि भाई चलो हुण तुसीं एक बारी फिर कुट लिया इत्थे आके दस्सो ना किसे नूं। पर अल्टीमेटली सच भी कहंदे ने भी सौ खप्पण पाड़ के बाहर आ जांदा, जिन्ने मर्जी उहदे ते परदे पाई जाओ सौ परदे पाड़ के बाहर आ जांदा। हुण बोले ने चीन वालिआं ने भी लिया जिवें कि कुछ नहीं नॉर्मल ही होया नथिंग। असीं हालां उन्होंने ये कहा कि उन्होंने स्पोक्सपर्सन ने कि चाइनाज पीपल्स लिबरेशन आर्मी हैज़ डिफेंडेड इट्स एक्शन इन द यंगस्टे एरिया ऑफ तवांग सैक्टर इन अरुणाचल प्रदेश विद सीनियर कर्नल लोंग शाहुआ स्पोक्सपर्सन फॉर वेस्टर्न थिएटर कमांड इन ए स्टेटमेंट सेइंग ए रेगुलर पेट्रोल इन डोंगजांग एरिया ऑन द चाइनीज साइड ऑफ द LAC वॉज ब्लॉक्ड बाई इंडियन आर्मी इलीगली क्रॉसिंग द लाइन। चाइना का उही क्लेम है कि थान साड़ी है, इन्होंने रोकने की कोशिश की, असी माड़ा जहा उन्होंने जोड़ा प्रसाद वरता इन्ना और उन्होंने ईवन फॉरन इन्होंने तो चीकं पी ने पार्लियामेंट की कार्रवाई रुक गई, ऑपोजिशन ने मोशन लिया। दूजा मैं जिक्र कराँगा कि भी की है उत्थे तो उन्होंने एक लैफ्टिनेंट कर्नल ही ब्रीफिंग कर रहा है, उन्हें कहा जी ये जड़ा असी इस सारे साड़ी थान है और इस सारे दे थले। हुण उन्होंने तो इन्ने ची करता राजनाथ सिंह इस दे उत्ते कहंदा है कि जी ये जड़ा चाइना है दैट वॉन्टिड टू यूनिलैटरली चेंज द स्टेटस को विच वॉज कंटेस्टड बाई इंडियन ट्रूप्स इन ए फर्म एंड रेजोल्यूट मैनर एंड कंपेल्ड दैम टू रिटर्न। कि जी असी इन्नी कामयाबी दे नाल उन्हां दा उस नूं रीबफ किया कि वह वापस मुड़न ते मजबूर होए। जे इन्ना ही तुहाडा पावरफुल रीबफ सी और असी भी सोल्जर्स दे जख्मी होण जिन्हां दी हड्डियां टुट्टियां गल कीती सी, अज मैं देख रहा सी कि भी इन्हां दा ही वह शेखर गुप्ता है जिहड़ा कट दा क्लटर, वह 30 सोल्जर्स कह रहा सी जख्मी और ये आ गया भी तीन जड़िया ने उन्होंने यूनिट्स उत्थे मौजूद सी। सो एक पासे ये लाइन है, हुण चाहिए तो यह सी कि भारत वावेला करता कि भाई ये देखो एक बारी फिर सानू कुट गया जे और फिर जेडे उहदे हमदर्द ने आके कहंदे कोई नहीं दस्यो कित्थे लगी है, मैं भेजा बरनौर ला लो इत्थे फलानी ट्यूब बड़ी काम करती है फलानी ला ली। हुण वह तो मनण नूं भी तैयार नहीं हैगे और यही नहीं तुसीं इन्हां दी जिसनू फिरौनीयत देखो, प्राइम मिनिस्टर मोदी लेड गवर्नमेंट विल नॉट अलाउ एन इंच ऑफ लैंड टू बी एनक्रोस्ड। अमित शाह बयान दे रहे हैं और तुसी ठीक क्या है कि 56 इंच दे सीने वाली मोदी सरकार पहला भी और ये अमित शाह इबकी बार मार तो देखो वो कहंदा जी साड़ी सरकार एक भी इंच जड़ी है वो किसे नू लैंड नहीं देगी एनक्रोच नहीं करन देगी। और ये इन्हां दे अपने एक्सपर्ट कहंदे ने, मैं अक्सर प्रवीण सानी जिहड़ा इन्हां दा ही है एक्सपर्ट इन्हां दी फौज दा ही अफसर रहा, उन्हें क्योंकि आम जिहड़ी चल रहा सी प्रचलित के ये सारे च जिहड़ा पहला टकराव होया उहदे च 1000 स्क्वेयर किलोमीटर टैरिटरी चाइना ने लई है, उन्हें 2000 स्क्वेयर किलोमीटर तो भी ज़्यादा। और नॉट ओनली दैट अमित शाह जदों इन्हां ने 5 अगस्त 2019 नूं आईनी गुंडागर्दी करके जम्मू कश्मीर का स्टेटस आर्टिकल 370-35A खत्म किया और सूबे का वजूद भी खत्म किया, उस स्पीच दे विच उन्हें कहा सी कि असी अक्साई चिन्ह जिहड़ा चीन दे कोल और दूजा वह असी सहुं खांदे हैं पार्लीमेंट च कि भी असी वापस लवांगे। 38,000 स्क्वेयर किलोमीटर एरिया है
ਹੁਣ 38 'ਚ ਦੋ ਹੋਰ ਮਿਲਾ ਲਓ, ਈਵਨ ਜਿਹਾ ਹੋ ਗਿਆ, ਅਦਰਵਾਈਜ਼ 38 ਔਡ ਜਿਹਾ ਲੱਗਦਾ ਸੀ, ਹੁਣ 2000 ਸਕੁਅਰ, ਹੁਣ 40,000 ਹੋ ਗਿਆ। ਹੁਣ ਇਹ 40,000 ਸਕੁਅਰ ਕਿਲੋਮੀਟਰ ਨਾਲੋਂ ਇੰਚ ਵੱਡਾ ਹੁੰਦਾ। ਅਹਿਮਦ ਸ਼ਾਹ ਕਹਿ ਰਿਹਾ ਨਾ ਵੀ ਅਸੀਂ ਇੱਕ ਇੰਚ ਵੀ ਨਹੀਂ ਲੈਣ ਦੇਵਾਂਗੇ, ਜਾਂ ਤਾਂ ਇਹ ਕਹੋ ਕਿ ਜੀ ਸਾਡਾ ਇੰਚ ਜਿਹੜਾ ਉਹ ਤਾਂ ਸਾਰਾ ਜਿਹੜਾ LAC ਦਾ ਬਾਰਡਰ ਹੈ ਸਾਡੇ ਸਾਰੇ ਇੰਚ ਹੀ ਨੇ, ਉਹ ਜੋ ਜਿੰਨਾ ਮਰਜ਼ੀ ਲੈ ਜਾਣ, ਸਾਡਾ ਇੰਚ ਪੂਰਾ ਨਹੀਂ ਹੋਣਾ। ਇੱਦਾਂ ਦੀਆਂ ਕਹਾਣੀਆਂ ਤਾਂ ਹੈਗੀਆਂ ਇਹਨਾਂ ਦੀਆਂ। ਉਹ ਜਿਵੇਂ ਉਹ ਹੈਗਾ ਕਿ ਜੀ ਪਤਾ ਨਹੀਂ ਕਿਹਨੇ ਤਪੱਸਿਆ ਕੀਤੀ ਔਰ ਉਹਨੂੰ ਉਹਨੇ ਕਿਹਾ ਕਿ ਜੀ ਠੀਕ ਹੈ ਮੈਂ ਮੈਨੂੰ ਤੂੰ ਦੋ ਕਦਮ ਜਿਹੜੀ ਹੈ ਤਿੰਨ ਕਦਮ ਜ਼ਮੀਨ ਦੇ ਦੇ, ਉਹਨੇ ਕਿਹਾ ਜੀ ਠੀਕ ਹੈ, ਔਰ ਉਹਨੇ ਫਿਰ ਉਹ ਇੰਨਾ ਵੱਡਾ ਉਹਨੇ ਆਪਣਾ ਆਕਾਰ ਕਰ ਲਿਆ, ਇੱਕ ਕਦਮ 'ਚ ਉਹਨੇ ਧਰਤੀ ਮਿਲਣ ਲਈ, ਇੱਕ 'ਚ ਉਹਨੇ ਪਤਾ ਨਹੀਂ ਪਾਣੀ ਮਿਲਣ ਲਿਆ, ਉਹਨੇ ਕਿਹਾ ਜੀ ਇੱਕ ਕਦਮ ਹੋਰ ਰਹਿੰਦਾ ਹੈ, ਉਹਨੇ ਫਿਰ ਇੱਕ ਪੈਰ ਰੱਖਿਆ ਅਤੇ ਉਹਨੂੰ ਪਤਾਲ 'ਚ ਲੈ ਗਿਆ, ਅੱਧਾ ਕਦਮ ਪਤਾਲ 'ਚ ਹੈ, ਉਹ ਬਲ 52 ਭਾਇਓ ਜਿਹੜਾ ਇੱਕ ਅਵਤਾਰ ਦੀ ਗੱਲ ਕਰ 52 ਅਵਤਾਰ ਦੀ ਜਦੋਂ ਇਹ ਗੱਲ ਕਰਦੇ ਨੇ ਕਿ ਉਹ ਉਹਨੂੰ ਪਤਾਲ ਦਾ ਰਾਜ ਦੇ ਦਿੱਤਾ, ਇੱਦਾਂ ਦੀਆਂ ਕਹਾਣੀਆਂ ਇਹਨਾਂ ਕੋਲ ਹੈਗੀਆਂ ਨੇ। ਸੋ ਇਹ ਕੋਈ ਨਾ ਕੋਈ ਵਿਸ਼ਨੂੰ ਅਵਤਾਰ 'ਚੋਂ ਇਸ ਕਿਸਮ ਦੀ ਕਹਾਣੀ ਕੱਢ ਸਕਦੇ ਨੇ ਕਿ ਜੀ ਇੰਚ ਜਿਹੜਾ ਸੀ ਤਾਂ ਉਹ ਜਿਹੜਾ ਮਹਾਂਭਾਰਤ ਤੋਂ ਵੀ ਪਹਿਲਾਂ ਜਿਹੜਾ ਬਲ 52 ਵਾਲੇ ਜ਼ਮਾਨੇ ਦੇ ਵਿੱਚ ਸਤਯੁਗ ਦਾ ਜਿਹੜਾ ਅਵਤਾਰ ਸੀ ਉਹਦੇ ਜ਼ਮਾਨੇ ਦਾ ਸਾਡਾ ਇੰਚ ਹੈ, ਉਹ ਇੰਚ ਅਜੇ ਪੂਰਾ ਨਹੀਂ ਹੋਇਆ। ਹਾਂ ਜਦੋਂ ਇੰਚ ਪੂਰਾ ਹੋ ਗਿਆ ਫਿਰ ਅਸੀਂ ਚੀਨ ਦੇ ਨਾਲ ਕਰਾਂਗੇ। ਫਿਰ ਇਕੱਲਾ ਇਹੀ ਨਹੀਂ, ਤੁਸੀਂ ਇਹ ਕਾਇਰਾਂ ਦੀ ਨਿਸ਼ਾਨੀ ਹੁੰਦੀ ਹੈ ਕਿ ਜਦੋਂ ਤੁਹਾਡੇ ਸਾਹਮਣੇ ਜਿਹੜਾ ਚੈਲੇਂਜ ਹੋਏ ਉਹਦੇ ਤੋਂ ਤੁਸੀਂ ਭਗੌੜੇ ਹੋਵੋ ਅਤੇ ਸੋਲਿਸ ਕਿਸੇ ਹੋਰ 'ਚੋਂ ਲੱਭ ਰਹੇ ਹੋਵੋ। ਜਦੋਂ ਕਾਂਗਰਸ ਨੇ ਪਾਰਲੀਮੈਂਟ 'ਚ ਇਸ ਇਸ਼ੂ ਨੂੰ ਵਾਰ ਵਾਰ ਚੁੱਕਿਆ ਔਰ ਉਹਦੇ 'ਚ ਉਹਨਾਂ ਨੇ ਈਵਨ ਇਸ ਦੇ ਉੱਤੇ ਵਾਕਆਊਟ ਕੀਤਾ, ਉਹਨਾਂ ਨੇ ਕਿਹਾ ਜੀ ਕਿ ਵੀ ਇਹਦੇ 'ਤੇ ਸਾਡੀ ਤਸੱਲੀ ਨਹੀਂ ਹੈਗੀ, ਤਾਂ ਉਹਨੇ ਜਵਾਬੀ ਅਟੈਕ ਕੀਤਾ ਅਮਿਤ ਸ਼ਾਹ ਨੇ। ਉਹਨੇ ਕਿਹਾ ਜੀ ਇਹ ਦੇਖੋ ਇਹ ਜਿਹੜੀ ਫਾਊਂਡੇਸ਼ਨ ਇਹਨਾਂ ਨੇ ਬਣਾਈ ਰਾਜੀਵ ਗਾਂਧੀ ਦੇ ਨਾਂ 'ਤੇ, ਇਹਨਾਂ ਨੇ ਚਾਈਨੀਜ਼ ਐਮਪੈਸੀ ਤੋਂ 1.5 ਕਰੋੜ ਜਿਹੜੀ ਹੈ ਰੁਪਏ ਦੀ ਗ੍ਰਾਂਟ ਲਈ ਸੀ ਫਲਾਣੇ ਸੰਨ ਦੇ ਵਿੱਚ, ਔਰ ਉਸ ਤੋਂ ਪਹਿਲਾਂ ਇਹਨਾਂ ਨੇ ਈਵਨ 2005-06 'ਚ 2006-07 ਦੇ ਵਿੱਚ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਗ੍ਰਾਂਟ ਲਈ। ਸੋ ਇਹ ਦੱਸਣ ਕਿ ਵੀ ਇਹਨਾਂ ਦੇ ਚੀਨ ਨਾਲ ਕੀ ਸੰਬੰਧ ਨੇ, ਔਰ ਫਿਰ ਨਹਿਰੂ ਦੇ ਉੱਤੇ ਕਿ ਜੀ ਇਹ ਨਹਿਰੂ ਹੀ ਸੀ ਜਿਹਨੇ ਜਦੋਂ ਇੰਡੀਆ ਨੂੰ ਆਫਰ ਝੂਠੇ ਵੀ ਇੰਡੀਆ ਨੂੰ ਆਫਰ ਹੋਈ ਕਿ ਵੀ ਤੂੰ ਸਿਕਿਉਰਿਟੀ ਕੌਂਸਲ ਮੈਂਬਰ ਬਣ, ਉਹਨੇ ਕਿਹਾ ਨਹੀਂ ਨਹੀਂ ਚੀਨ ਨੂੰ ਬਣਾ। ਉਹ ਸਿਕਿਉਰਿਟੀ ਕੌਂਸਲ ਤਾਂ 1945 ਤੋਂ ਬਾਅਦ ਬਣ ਗਏ, 1947 ਉਦੋਂ ਤਾਂ ਜੇ ਇੰਡੀਆ ਫ੍ਰੀ ਵੀ ਨਹੀਂ ਸੀ ਹੋਇਆ। ਇਹਨਾਂ ਨੂੰ ਕਿਹਨੇ ਆਫਰ ਕਰ ਦਿੱਤੀ? ਇਹ ਠੀਕ ਹੈ ਵੀ ਜਿਹੜਾ ਉਹਦਾ ਚਿਆਂਗ ਕਾਈ ਸ਼ੇਕ ਵਾਲਾ ਚਾਈਨਾ ਉਹਦੀ ਥਾਂ ਦੇ ਉੱਤੇ ਬਾਅਦ ਜਦੋਂ ਮੇਨ ਪੀਪਲਜ਼ ਰਿਪਬਲਿਕ ਆਫ ਚਾਈਨਾ ਦੀ ਰੈਕਗਨੇਸ਼ਨ ਹੋਈ ਤਾਂ ਮੈਂਬਰਸ਼ਿਪ ਉਹਨੂੰ ਇੰਡੀਆ ਵਿੱਚ ਕਿੱਥੋਂ ਆ ਗਿਆ? ਕਿਉਂਕਿ ਚਾਈਨਾ ਤਾਂ ਪਹਿਲੇ ਦਿਨ ਤੋਂ ਹੀ ਜਿਹੜੇ ਸਿਕਿਉਰਿਟੀ ਕੌਂਸਲ ਦੇ ਮੈਂਬਰ ਬਣੇ ਇਹ ਬਿਗਨਿੰਗ 'ਚ ਹੀ ਬਣੇ, ਲੇਕਿਨ ਇਹਨਾਂ ਨੇ ਔਰ ਉਹਨੂੰ ਸ਼ਸ਼ੀ ਥਰੂਰ ਨੇ ਵੀ ਦੂਜਿਆਂ ਨੇ ਵੀ ਕਿ ਜੀ ਨਹਿਰੂ ਨੇ ਚੀਨ ਦੇ ਨਾਲ ਦੋਸਤੀ ਦਾ ਪ੍ਰਗਟਾਵਾ ਕਰਦਿਆਂ ਜਦੋਂ ਇੰਡੀਆ ਨੂੰ ਕਿਹਾ ਵੀ ਤੁਸੀਂ ਬਣ ਜਾਓ, ਭੁੱਖੇ ਨੰਗੇ ਤੁਸੀਂ 1966-67 ਤੱਕ ਤਾਂ ਬਾਹਰਲੀ ਕਣਕ ਔਰ ਚੌਲ ਜਾਂਦੇ ਸੀ ਅਤੇ ਉੱਥੇ ਜਿਹੜਾ ਉਹਨਾਂ ਦੇ ਚੁੱਲ੍ਹਿਆਂ 'ਤੇ ਰੋਟੀ ਪੱਕਦੀ ਸੀ ਉਹ ਮੈਕਸੀਕਨ ਔਰ ਦੂਜੀ ਕਣਕ ਲਾਲ ਜਿਹੀ ਖਵਾ ਖਵਾ ਕੇ ਬਚਪਨ ਪੜੇ ਵੱਡੇ ਹੋਏ ਹੋਏ ਨੇ ਬਹੁਤੀ ਹੈ ਸਾਡੀ ਜਨਰੇਸ਼ਨ ਵਾਲੇ, ਹਾਲ ਤਾਂ ਇਹਨਾਂ ਦਾ ਇਹੀ ਸੀ। ਲੇਕਿਨ ਹੁਣ ਅਮਿਤ ਸ਼ਾਹ ਨੇ ਇਸ ਵਾਰ ਫਿਰ ਉਹਨੇ ਕਿਹਾ ਜੀ ਨਹਿਰੂ ਨੇ ਜਿਹੜਾ ਜੇ ਸਿਕਿਉਰਿਟੀ ਕੌਂਸਲ ਦੀ ਸੀਟ ਗਵਾਈ ਸੀ ਚੀਨ ਨੂੰ ਦਿੱਤੀ ਸੀ, ਔਰ 62 ਦੇ ਲਈ ਤਾਂ ਇਹ ਹਮੇਸ਼ਾ ਹੀ ਕਿ 1962 'ਚ ਨਹਿਰੂ ਨੇ ਕਾਇਰਤਾ ਦਿਖਾਈ ਔਰ ਚੀਨ ਤੋਂ ਕੁੱਟ ਖਾਧੀ, ਪਰ ਹੁਣ ਤਾਂ ਜਿਹੜਾ ਬਲਮਾ ਨੇ ਪ੍ਰਾਈਮ ਮਿਨਿਸਟਰ ਇਹਨਾਂ ਦੇ ਸਾਰਿਆਂ ਦੇ ਪਿਆਰੇ ਜਿਹੜੇ, ਇਕੱਲੀ ਇਹੀ ਨਹੀਂ ਕਿ 56 ਇੰਚ ਚੈਸਟ ਹੈ ਜਿਹੜਾ ਉੱਥੋਂ ਦਹਾੜਦਾ ਰਿਹਾ, ਗੁਜਰਾਤ ਕਾ ਸ਼ੇਰ, ਹਿੰਦੂ ਹਿਰਦੇ ਸਮਰਾਟ, ਹੁਣ ਤਾਂ ਭਾਰਤ ਦਾ ਸ਼ੇਰ, ਪਰ ਇੱਥੇ ਪਤਾ ਨਹੀਂ ਇਹ ਸ਼ੇਰ ਜਿਹੜਾ ਹੈ ਉਹ ਹਾਲਾਂ ਇਹ ਤਾਂ ਕੁੱਤੇ ਬਾਰੇ ਤਾਂ ਹੁੰਦਾ ਕਿ ਵੀ ਚੱਡਿਆਂ 'ਚ ਪੂਛਦੇ ਲੈਣਾ, ਪਰ ਇਹ ਕਿਸ ਕਿਸਮ ਦੇ ਸ਼ੇਰ ਨੇ ਕਿ ਵੀ ਜਿਹੜੇ ਚੱਡਿਆਂ 'ਚ ਪੂਛਦੇ ਕਿ ਉੱਪਰ ਝਾਕਣ ਦੀ ਹਿੰਮਤ ਹੀ ਨਹੀਂ ਕਰਦੇ ਵੀ ਚੀਨ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਹਿਣ ਵੀ ਤੂੰ ਹਮਲਾਵਰ ਹੈ। ਹਾਂ ਇੱਧਰ ਇਹ ਜ਼ਰੂਰ ਕਹਿ ਰਹੇ ਨੇ ਕਿ ਇਹ ਕੀ ਵਾਰ ਮਾਰ ਤੋਂ ਦੇਖੂੰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਅਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਅਤੇ ਬੇਨਤੀ ਕਰਦੀ ਹੈ ਵਿਊਅਰ ਸਰ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ, ਔਰ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨੀ ਸਾਡੀ ਵੈਬਸਾਈਟ TV84.tv 'ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ।
ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516-619-1984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਸੋ ਅਤਲੇ ਨੇ ਬ੍ਰੇਕ ਫਿਊਰ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।